ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਸਾਰੇ ਇਸ ਚੁਣੌਤੀ ਭਰੇ ਸਮੇਂ ਤੋਂ ਅਤੇ ਔਖੇ ਸਮੇਂ ਤੋਂ ਨਿਕਲ ਰਹੇ ਹਾਂ, ਔਰ ਕੱਲ੍ਹ ਵੀ ਮੈਂ ਪੰਜਾਬ ਸਰਕਾਰ ਨੂੰ ਇਹ ਗੁਜ਼ਾਰਿਸ਼ ਕੀਤੀ ਸੀ ਅਤੇ ਅੱਜ ਮੈਂ ਫਿਰ ਆਪਦੀ ਗੱਲ ਦੁਹਰਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਵਜ਼ਾਰਤ ਅੱਗੇ ਇਹ ਬੇਨਤੀ ਕਰਨ ਵਾਸਤੇ ਤੁਹਾਡੇ ਸਾਹਮਣੇ ਆਇਆ ਕਿ ਕੱਲ੍ਹ ਦੇ ਜਿਹੜੇ ਔਡਰ ਹੋਏ ਆ ਜਾਂ ਦੋ ਦਿਨ ਪਹਿਲਾਂ ਔਡਰ ਹੋਏ ਸੀ, ਕੱਲ੍ਹ ਪ੍ਰਧਾਨ ਮੰਤਰੀ ਸਾਹਿਬ ਬੋਲੇ ਕਿ ਕੋਈ ਵੀ ਆਪਦੇ ਘਰ 'ਚੋਂ ਨਾ ਨਿਕਲੇ। ਇਹ ਗੱਲ ਬਿਲਕੁਲ ਠੀਕ ਹੈ ਕਿ ਕੋਰੋਨਾ ਵਾਇਰਸ ਵਰਗੀ ਬਿਮਾਰੀ ਨੂੰ ਸ਼ਾਇਦ ਨਿਪਟਣ ਵਾਸਤੇ, ਲੜਨ ਵਾਸਤੇ ਘਰ ਦੇ ਅੰਦਰ ਰਹਿਣਾ ਬੜਾ ਜ਼ਰੂਰੀ, ਮਗਰ ਜਿਹੜੇ ਕੋਲ ਜਿਨ੍ਹਾਂ ਕੋਲ ਚਾਰ ਪੈਸੇ ਨੇ ਜਿਹੜੇ ਅਫੋਰਡ ਕਰ ਸਕਦੇ ਆ ਉਹ ਤਾਂ ਘਰ ਰਹਿ ਲੈਣਗੇ, ਮਗਰ ਪੰਜਾਬ ਦੀ ਅਤੇ ਦੇਸ਼ ਦੀ ਬੜੀ ਵੱਡੀ ਗਿਣਤੀ ਇਹੋ ਜਿਹੀ ਹੈ, ਔਰ ਖਾਸ ਤੌਰ 'ਤੇ ਮੈਨੂੰ ਕਈ ਥਾਵਾਂ ਤੋਂ ਇਹ ਫੋਨ ਵੀ ਆ ਰਹੇ ਆ ਕਿ ਅਸੀਂ ਤਾਂ ਦਿਹਾੜੀ ਕਰਕੇ ਆਪਦੀ ਕਮਾਈ ਕਰਕੇ ਆਪਦੇ ਬੱਚਿਆਂ ਦੀ ਪਰਵਰਿਸ਼ ਕਰਦੇ ਹਾਂ, ਆਪਦੇ ਬੱਚਿਆਂ ਦੇ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਦੇ ਹਾਂ। ਜੇ ਦਿਹਾੜੀ ਕਰਨ ਵਾਲੇ ਨੂੰ ਭਾਵੇਂ ਕੋਈ ਰਿਕਸ਼ਾ ਚਲਾਉਂਦਾ ਭਾਵੇਂ ਕੋਈ ਮਿਹਨਤ ਕਰਦਾ ਹੈ, ਉਹਨੂੰ ਜੇ ਦਿਹਾੜੀ ਨਹੀਂ ਬਣਦੀ, ਇੱਕ ਅੱਧਾ ਦਿਨ ਤਾਂ ਉਹ ਕੱਢ ਲਊਗਾ, ਤੀਜੇ ਚੌਥੇ ਦਿਨ ਉਹਦੇ ਲਈ ਬਹੁਤ ਔਖਾ ਹੋ ਜਾਣਾ। ਇਸ ਲਈ ਪੰਜਾਬ ਸਰਕਾਰ ਨੂੰ ਮੇਰੀ ਗੁਜ਼ਾਰਿਸ਼ ਹੈ ਕਿ DC ਸਾਹਿਬਾਨਾਂ ਦੇ ਲੈਵਲ ਤੋਂ ਲੈ ਕੇ ਥੱਲੇ ਤੱਕ ਕਾਇੰਡਲੀ ਇਨਸ਼ੋਰ ਕੀਤਾ ਜਾਵੇ ਕਿ ਜਿੱਥੇ ਇਹ ਜਿਹੇ ਮਿਹਨਤਕਸ਼ ਦਿਹਾੜੀ ਕਰਨ ਵਾਲੇ ਮਿਹਨਤੀ ਲੋਕ ਨੇ ਜਿਨ੍ਹਾਂ ਨੂੰ ਆਪਦੇ ਬੱਚਿਆਂ ਦੀ ਰੋਟੀ ਦਾ ਫਿਕਰ ਪੈ ਰਿਹਾ, ਚੁਣੌਤੀ ਬਣ ਰਹੀ ਹੈ ਉਹਨਾਂ ਲਈ, ਇਹ ਬਹੁਤ ਵੱਡੀ ਇਹ ਚੁਣੌਤੀ ਬਣ ਰਹੀ ਹੈ, ਉਹਨਾਂ ਦੇ ਪ੍ਰੋਬਲਮ ਨੂੰ ਐਡਰੈਸ ਕਰਨ ਵਾਸਤੇ ਇਮੀਜੀਏਟਲੀ ਦੁੱਧ ਦੀ ਸਪਲਾਈ, ਆਟੇ ਦੀ ਸਪਲਾਈ, ਦਾਲ ਦੀ ਸਪਲਾਈ ਨਿਸ਼ਚਿਤ ਬਣਾਈ ਜਾਵੇ, ਕਿਉਂਕਿ ਜੇ ਇਹ ਰੋਟੀ ਉਹਨਾਂ ਦੇ ਤਲ ਪਹੁੰਚਦੀ ਰਹੂਗੀ ਫਿਰ ਉਹ ਘਰੋਂ ਨਹੀਂ ਨਿਕਲਣਗੇ, ਨਹੀਂ ਤਾਂ ਉਹਨਾਂ ਨੂੰ ਮਜਬੂਰ ਹੋ ਜੂਗਾ ਘਰੋਂ ਨਿਕਲਣਾ। ਮੈਂ ਆਸ ਕਰਦਾ, ਉਮੀਦ ਕਰਦਾ ਅਸੀਂ ਸਾਰੇ ਪੰਜਾਬ ਸਰਕਾਰ ਦੇ ਹਰ ਯਤਨ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਹਾਂ, ਮਗਰ ਕਈ ਬੇਨਤੀਆਂ ਇਹੋ ਜਿਹੀਆਂ ਨੇ ਕਈ ਵਾਰੀ ਜਿਹੜੀ ਧਿਆਨ 'ਚੋਂ ਰਹਿ ਜਾਂਦੀਆਂ। ਮੈਨੂੰ ਪਤਾ ਤੁਸੀਂ ਆਪਦੇ ਵੱਲੋਂ ਸਭ ਕੁਝ ਕਰ ਰਹੇ ਹੋ, ਮਗਰ ਅਪੀਲ ਹੈ, ਬੇਨਤੀ ਹੈ ਸਰਕਾਰਾਂ ਅੱਗੇ, ਬੇਨਤੀਆਂ ਹੁੰਦੀਆਂ ਨੇ ਕਿ ਇਸ ਗੱਲ ਵੱਲ ਜ਼ਰੂਰ ਧਿਆਨ ਦਿਓ ਕਿ ਕੋਈ ਭੁੱਖਾ ਨਾ ਸੋਵੇ ਔਰ ਹਰੇਕ ਘਰ ਤੱਕ ਰੋਟੀ ਪਾਣੀ ਪਹੁੰਚੇ ਕਿ ਉਹ ਆਰਾਮ ਨਾਲ ਆਪਦੇ ਬੱਚਿਆਂ ਦੇ ਦਾ ਧਿਆਨ ਕਰ ਸਕਣ ਅਤੇ ਆਰਾਮ ਨਾਲ ਗੁਜ਼ਰ ਕਰ ਸਕਣ। ਬਹੁਤ ਬਹੁਤ ਧੰਨਵਾਦ, ਗੁਰੂ ਕਿਰਪਾ ਕਰਨ, ਸਭ ਨੂੰ ਸੁੱਖ ਵਰਤਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।